ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ। ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ। ਉਹ ਕੌਮ ਹੈ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ। ਆਪਣਾ ਜੀਦਾ ਇਤਿਹਾਸ ਨਹੀਂ ਲੋ ਦਿੰਦਾ, ਆਪਣਾ ਜੀਦਾ ਇਤਿਹਾਸ ਨਹੀਂ ਲੋ ਦਿੰਦਾ। ਸੂਰਜ ਚੜ੍ਹੇ ਵੀ ਉਹਦੀ ਸਵੇਰ ਕੋਈ ਨਹੀਂ, ਜਿਹਦੇ ਕੋਲ ਨੇ ਮੜੀਆਂ ਸ਼ਹੀਦਾਂ ਦੀਆਂ। ਉਸ ਕੌਮ ਲਈ ਕਿਤੇ ਹਨੇਰ ਕੋਈ ਨਹੀਂ, ਉਸ ਕੌਮ ਲਈ ਕਿਤੇ ਹਨੇਰ ਕੋਈ ਨਹੀਂ। ਤੱਤੀ ਤਵੀ 'ਤੇ ਬੈਠ ਕੇ ਕਿਸੇ ਭੌਰੇ ਕਰਨੀ ਸਬਰ ਨਾ ਦੱਸੀ ਹੈ ਜੰਗ ਤੈਨੂੰ। ਆਸ਼ਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਜੀਣ ਦਾ ਦੱਸਿਆ ਢੰਗ ਤੈਨੂੰ। ਮਸਤੀ ਲੱਥੀ ਨਾ ਤੇਰੀ ਮਸਤਾਨਿਆ ਵੇ, ਦਿੱਤਾ ਸਮੇਂ ਨੇ ਸੂਲੀ 'ਤੇ ਢੰਗ ਤੈਨੂੰ। ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿੱਚ ਪਏ ਪਏ, ਤਿਉਂ ਤਿਉਂ ਚੜ੍ਹੇ ਪਰਵਾਨਿਆਂ ਰੰਗ ਤੈਨੂੰ। ਤਿਉਂ ਤਿਉਂ ਚੜ੍ਹੇ ਪਰਵਾਨਿਆਂ ਰੰਗ ਤੈਨੂੰ। ਪਰਮ ਪੂਜਨੀ ਗੁਰੂ ਕੀ ਸਾਜਨਵਾਜੀ ਸਤਿ ਸੰਗਤ ਜੀ, ਅੱਜ ਦਾ ਪ੍ਰੋਗਰਾਮ MMC ਕੰਪਨੀ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਨ ਭਾਈ ਗੁਰਜੀਤ ਸਿੰਘ ਜੀ MA ਦਾ ਕਵੀਸ਼ਰੀ ਜਥਾ, ਸਾਥ ਦੇ ਰਹੇ ਹਨ ਭਾਈ ਦਲਬੀਰ ਸਿੰਘ ਜੀ ਘਰਿਆਲੀ ਅਤੇ ਭਾਈ ਬਿੱਕਰ ਸਿੰਘ ਜੀ ਬਰਨਾਲੇ ਵਾਲੇ। ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਰਬੱਤ ਮਾਈ ਭਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਸਿੱਖ ਕੌਮ ਇੱਕ ਸ਼ਹੀਦਾਂ ਦੀ ਕੌਮ ਹੈ ਅਤੇ ਸਿੱਖ ਇਤਿਹਾਸ ਇੱਕ ਗੌਰਵਮਈ ਇਤਿਹਾਸ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਸ਼ਹੀਦੀਆਂ ਅਤੇ ਕੁਰਬਾਨੀਆਂ ਦਾ ਦੂਸਰਾ ਨਾਮ ਸਿੱਖੀ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ। ਜਦੋਂ ਜਦੋਂ ਵੀ ਬਦੀ ਨੇ ਸਿਰ ਚੁੱਕਿਆ, ਜ਼ੁਲਮ ਸਿਖਰਾਂ ਨੂੰ ਛੂਹਣ ਲੱਗਾ, ਮਜ਼ਲੂਮਾਂ ਦੀਆਂ ਚੀਕਾਂ ਕੂਕਾਂ ਅਤੇ ਫਰਿਆਦਾਂ ਨਾਲ ਅਸਮਾਨ ਚੀਰਿਆ ਗਿਆ, ਬਦੀ ਦਾ ਸਿਰ ਕੁਚਲਣ ਲਈ, ਜ਼ੁਲਮ ਦਾ ਮਲੀਆਂ ਮੇਟ ਕਰਨ ਲਈ ਜੇ ਕੋਈ ਨਿਤਰਿਆ ਤਾਂ ਉਹ ਸਿੱਖ ਸੀ। ਇਸ ਤੱਥ ਦੀ ਗਵਾਹੀ ਖੂਨੀ ਪੱਤਰੇ ਭਰਦੇ ਹਨ। ਦਰਅਸਲ ਤੱਤੀਆਂ ਤਵੀਆਂ 'ਤੇ ਬੈਠਣ ਲਈ, ਆਰਿਆਂ ਨਾਲ ਚੀਰੇ ਜਾਣ ਲਈ, ਖੋਪੜੀਆਂ ਲਹਾਉਣ ਲਈ, ਦੇਗਾਂ ਵਿੱਚ ਉਬਾਲੇ ਜਾਣ ਲਈ, ਨੇਜਿਆਂ ਉੱਤੇ ਟੰਗੇ ਜਾਣ ਲਈ ਜੇ ਕਿਸੇ ਨੇ ਹੀਆ ਕੀਤਾ ਤਾਂ ਉਹ ਸਿੱਖ ਹੀ ਸਨ। ਧਰਮ ਦੀ ਆਣ ਅਤੇ ਛਾਣ ਨੂੰ ਬਰਕਰਾਰ ਰੱਖਣ ਲਈ, ਮਾਨਵੀ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਕੌਮ ਵਾਸਤੇ, ਦੇਸ਼ ਵਾਸਤੇ, ਸਮੁੱਚੀ ਮਾਨਵਤਾ ਵਾਸਤੇ ਜਿਨ੍ਹਾਂ ਅਣਖੀ ਪ੍ਰਵਾਨਿਆਂ ਨੇ ਸ਼ਹਾਦਤ ਦੀ ਡਿਗਰੀ ਪ੍ਰਾਪਤ ਕੀਤੀ, ਉਹਨਾਂ ਦਾ ਵੇਰਵਾ ਕਵੀਸ਼ਰ ਭਾਈ ਗੁਰਜੀਤ ਸਿੰਘ ਜੀ MA, ਸਾਥੀ ਭਾਈ ਦਲਬੀਰ ਸਿੰਘ ਜੀ ਘਰਿਆਲੀ ਅਤੇ ਭਾਈ ਬਿੱਕਰ ਸਿੰਘ ਬਰਨਾਲੇ ਵਾਲੇ ਇਉਂ ਪੇਸ਼ ਕਰ ਰਹੇ ਹਨ। ਪੰਜਮ ਗੁਰ ਨੇ ਪਾਣਾ ਮੰਨਿਆ ਤਵੀ ਤੇ ਬਹਿ ਗਏ ਤੇ, ਤੇਰਾ ਕੀਆ ਮੀਠਾ ਲਾਗੇ ਮੁਖੋਂ ਕਹਿ ਗਏ ਤੇ। ਉੱਚੀ ਕੀਤੀ ਦੁਨੀਆਂ ਵਿੱਚ ਦਸਤਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਉਹ ਦਿੱਲੀ ਦੇ ਵਿੱਚ ਚੌਂਕ ਚਾਂਦਣੀ ਸਤਿਗੁਰ ਨਾਵੇਂ ਜੀ,
ਪਰ ਉਪਕਾਰ ਦੀ ਖਾਤਰ ਬੈਠੇ ਤੇਗ ਦੀ ਛਾਵੇਂ ਜੀ। ਉਹ ਡੁੱਬਦਾ ਧਰਮ ਬਚਾਇਆ ਕਰ ਉਪਕਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਓ ਮਤੀ ਦਾਸ ਦੇ ਸਿਰ ਦੇ ਉੱਤੇ ਚੱਲਿਆ ਯਾਰਾ ਜੀ, ਵਿੱਚ ਦੇਗ ਦੇ ਬੈਠਾ ਸਿਦਕੀ ਸਿੱਖ ਪਿਆਰਾ ਜੀ। ਓ ਸਤੀ ਦਾਸ ਨੂੰ ਰੂੰਦੇ ਵਿੱਚ ਸਸਕਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਓ ਵਿੱਚ ਚਮਕੌਰ ਦੇ 10 ਲੱਖ ਦੇ ਨਾਲ 40 ਲੜ ਗਏ ਨੇ, ਦੁਨੀਆ ਦੇ ਇਤਿਹਾਸ ਚ ਵੱਖਰੀ ਪੱਟੀ ਪੜ ਗਏ ਨੇ। ਓ ਖੜ ਸਰਹੰਦ ਦੀਆਂ ਨੀਆਂ ਦੇ ਵਿਚਕਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਓ ਮਣੀ ਸਿੰਘ ਨੇ ਆਪ 10 ਕੇ ਬੰਦ ਕਟਵਾਇਆ ਜੀ, ਮਣੀ ਸਿੰਘ ਨੇ ਆਪ 10 ਕੇ ਬੰਦ ਕਟਵਾਇਆ ਜੀ, ਗੁਰ ਚਰਨਾਂ ਵਿੱਚ ਬਿਰਤੀ ਜੋੜੀ ਨਹੀਂ ਘਬਰਾਇਆ ਜੀ। ਓ ਸੀ ਨਹੀਂ ਮੁਖ ਚੋਏ ਆਖੀ ਮੈਂ ਬਲਿਹਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਓ ਦੀਪ ਸਿੰਘ ਨੇ ਦੋਰਾ ਵੀ ਮਰਨੇ ਦਾ ਪੜਿਆ ਸੀ, ਸਿਰ ਤਰ ਤੋਂ ਹੋ ਗਿਆ ਵੱਖਰਾ ਪਰ ਉਹ ਫਿਰ ਵੀ ਲੜਿਆ ਸੀ। ਓ ਰਣ ਵਿੱਚ ਜਾਬਰ ਤਾਈ ਦਿੱਤੀ ਹਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਓ ਤਾਰੂ ਸਿੰਘ ਦਾ ਖੋਪਰ ਲਾ ਮੋਚੀ ਘਬਰਾਇਆ ਸੀ, ਤਾਰੂ ਸਿੰਘ ਦਾ ਖੋਪਰ ਲਾ ਮੋਚੀ ਘਬਰਾਇਆ ਸੀ, ਤਾਰਾ ਸਿੰਘ ਨੇ ਰਣ ਦੇ ਅੰਦਰ ਜ਼ੋਰ ਵਿਖਾਇਆ ਸੀ। ਓ ਮਾਵਾਂ ਨੇ ਸੀ ਪਾਲੇ ਗਲ ਵਿੱਚ ਹਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਓ ਵੱਡੇ ਛੋਟੇ ਘੱਲੂ ਕਾਰੇ ਦੀ ਤਕਰਬਾਨੀ ਨੂੰ, ਕੁਤਬ ਮਨਾਰ ਦੇ ਕੋਲੇ ਬੰਦਾ ਸਿੰਘ ਲਸਾਨੀ ਨੂੰ, ਅਜੇ ਸਿੰਘ ਦਾ ਕੱਢ ਕਾਲ ਜਾ ਬਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਓ ਹਰੀ ਸਿੰਘ ਨਲਵਾ ਦੇ ਫੂਲਾ ਸਿੰਘ ਅਕਾਲੀ ਜੀ, ਮਹਾਰਾਜੇ ਰਣਜੀਤ ਸਿੰਘ ਦੇ ਜੋ ਸਮਕਾਲੀ ਜੀ। ਓ ਵੀਰ ਸਿੰਘ ਦੇ ਤਾਈ ਦਿੱਤਾ ਪਿਆਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਓ ਵਿੱਚ ਸਬਰਾਵਾਂ ਸ਼ਾਮ ਸਿੰਘ ਨੇ ਜੋੜ ਵਿਛੋੜੇ ਸੀ, ਐਸੀ ਤੇਗ ਚਲਾਈ ਮੂੰਹ ਵੈਰੀ ਦੇ ਮੋੜੇ ਸੀ। ਓ ਭੂਪ ਸਿੰਘ ਜੈ ਸਾਥੀ ਵੀ ਸਰਦਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ। ਓ ਬੜੀ ਕਤਾਰ ਹੈ ਲੰਮੀ ਸਾਡੇ ਅਮਰ ਸ਼ਹੀਦਾਂ ਦੀ, ਬੜੀ ਕਤਾਰ ਹੈ ਲੰਮੀ ਸਾਡੇ ਅਮਰ ਸ਼ਹੀਦਾਂ ਦੀ, ਆਸ਼ਕ ਜੋ ਆਜ਼ਾਦੀ ਦੇ ਤੇ ਸੱਚ ਮਰੀਦਾਂ ਦੀ। ਵਰਿਆ ਮਸਿਆ ਸਿਰ ਲਾਇਆ ਜੀ ਹਾਂ ਪਾਰ ਸ਼ਹੀਦਾਂ ਨੇ, ਲਈ ਸ਼ਹਾਦਤ ਡਿਗਰੀ ਆਪਾ ਵਾਰ ਸ਼ਹੀਦਾਂ ਨੇ।